ਕਹਿੰਦੇ ਵੀ ਏਦਾਂ ਨੀ ਸੁੱਤ ਲਾਉਣਾ, ਜਾਓ ਦੋ ਚਾਰ ਮੋਚੀਆਂ ਨੂੰ ਲੈ ਕੇ ਆਵੋ, ਉਹਨਾਂ ਨੂੰ ਕਹੋ ਵੀ ਇਹਦੀ ਖੋਪਰੀ ਕੇਸਾਂ ਦੇ ਸਮੇਹ ਦੇ ਸਿਰ ਦੇ ਨਾਲ ਲਾ ਦਿਓ। ਜਦੋਂ ਨਵਾਬ ਨੇ ਹੁਕਮ ਦਿੱਤਾ ਵੀ ਕੇਸ ਜਿਹੜੇ ਆ ਖੋਪਰੀ ਦੇ ਸਮੇਤ ਲਾ ਦਿਓ, ਤੇ ਭਾਈ ਤਾਰੂ ਸਿੰਘ ਨੇ ਬਹੁਤੀ ਖੁਸ਼ੀ ਮਨਾਈ। ਕਹਿੰਦੇ ਉਦੋਂ ਜਕਾਰਾ ਹੀ ਛੱਡਿਆ ਕਿ ਖੁਸ਼ੀਆਂ ਦਾ ਜਕਾਰਾ ਬੁਲਾਵੇ, ਫਤਿਹ ਪਾਵੇ, ਸੋ ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ। ਖੁਸ਼ੀ ਇਸ ਕਰਕੇ ਮਨਾਈ ਵੀ ਮੇਰੇ ਕੇਸ ਹੁਣ ਸਾਬਤ ਰਹਿ ਜਾਣਗੇ। ਨਵਾਬ ਨੇ ਹੁਕਮ ਦੇ ਦਿੱਤਾ ਵੀ ਇਹਦਾ ਖੋਪਰ ਹੀ ਉਤਾਰ ਦਿੱਤਾ ਜਾਵੇ। ਭਾਈ ਤਾਰੂ ਸਿੰਘ ਨੇ ਬੜੀ ਖੁਸ਼ੀ ਮਨਾਏ, ਕਹਿੰਦੇ ਧੰਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ, ਮੇਰੀ ਕੇਸਾਂ ਦੇ ਨਾਲ ਖੋਪਰੀ ਜਾਏਗੀ, ਮੇਰੇ ਕੇਸ ਸਾਬਤ ਰਹਿਣਗੇ, ਮੇਰਾ ਸਿਦਕ ਰਹਿ ਜਾਵੇਗਾ, ਕਹਿੰਦੇ ਮੇਰਾ ਬਚਨ ਰਹੇਗਾ, ਮੇਰਾ ਸਿਦਕ ਰਹੇਗਾ, ਮੇਰੇ ਕੇਸ ਮੇਰੀ ਸਿੱਖੀ ਸਲਾਮਤ ਰਹਿ ਜਾਏਗੀ। ਜੇ ਖੋਪਰ ਲੱਥ ਵੀ ਜਾਵੇਗਾ ਤੇ ਫਿਰ ਕੀ ਹੋਇਆ, ਇਹ ਗੁਰੂ ਮਹਾਰਾਜ ਨੇ ਆਪ ਹੀ ਮੇਰੀ ਸਿੱਖੀ ਦੀ ਪੈਜ ਰੱਖ ਲਈ, ਮੇਰੀ ਇੱਜ਼ਤ ਰੱਖ ਲਈ ਹੈ, ਮੇਰੇ ਕੇਸ ਕਤਲ ਨਹੀਂ ਹੋਣ ਦਿੱਤੇ।